ਆਸਟ੍ਰੇਲੀਆ ਸਟਡੀ ਵੀਜ਼ਾ ਦੀ ਗੱਲ ਕਰਦੇ ਆ ਖਾਸ ਕਰਕੇ ਨਰਸਿੰਗ ਪ੍ਰੋਫਾਈਲ ਵਾਲਿਆਂ ਦੇ ਸਾਨੂੰ ਬਹੁਤ ਸਾਰੇ ਜ਼ਰੂਰ ਕਮੈਂਟਸ ਵੀ ਆਏ ਹੋਏ ਨੇ ਕਿ ਸਾਨੂੰ ਡਿਟੇਲ ਵਿੱਚ ਇਨਟੇਕ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਜਾਏ ਉਸ ਦੇ ਉੱਪਰ ਗੱਲ ਕਰਨ ਜਾ ਰਹੇ ਆ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪੂਰੀ ਡਿਟੇਲ ਦੇ ਵਿੱਚ ਗੱਲ ਸਾਂਝੀ ਕਰਾਂਗੇ ਤਾਂ ਕਿ ਤੁਸੀਂ ਆਪਣੀ ਪ੍ਰੋਫਾਈਲ ਦੇ ਉੱਪਰ ਵੀ ਚੰਗੀ ਤਰ੍ਹਾਂ ਨਾਲ ਸੋਚ ਸਮਝ ਕੇ ਡਿਸੀਜਨ ਲੈ ਸਕੋ ਔਰ ਪੂਰੀ ਇਨਫੋਰਮੇਸ਼ਨ ਦੇਣ ਲਈ ਅਸੀਂ ਇਨਵਾਈਟ ਕੀਤਾ ਹੈ ਜੀ ਨੈਵੀਗੇਟਰਸ ਓਵਰਸੀਸ ਉਹ ਵੀਜ਼ਾ ਐਕਸਪਰਟ ਮਿਸਿਸ ਵਿਨਾਗੋਲ ਮੈਮ ਨੂੰ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅ ਆਇਲ ਵਾਲਿਆਂ ਦੀ ਆਪਾਂ ਗੱਲ ਕਰਦੇ ਆ ਤਾਂ ਜ਼ਰੂਰ ਦੱਸਿਓ ਕਿ ਕਿਹੜੇ ਇਨਟੇਕ ਦੇ ਲਈ ਸਟੂਡੈਂਟ ਜੋ ਹੈ ਅਪਲਾਈ ਕਰੇ ਔਰ ਪ੍ਰੋਫਾਈਲ ਦੇ ਵਿੱਚ ਕੀ ਕੀ ਖਾਸ ਹੋਣਾ ਚਾਹੀਦਾ ਰਿਕੁਆਇਰਮੈਂਟਸ ਦੀ ਆਪਾਂ ਗੱਲ ਕਰ ਲੈਨੇ ਆ ਚਾਹੇ ਆਇਲ ਸਕੋਰ ਦੀ ਗੱਲ ਹੋਵੇ ਬੈਂਡਸ ਦੀ ਗੱਲ ਹੋਵੇ ਨਾਲ ਦੀ ਨਾਲ ਮੈਂ ਗੱਲ ਜ਼ਰੂਰ ਫਾਈਨੈਂਸ਼ੀਅਲ ਡਿਟੇਲਸ ਉੱਪਰ ਵੀ ਗੱਲ ਕਰਨਾ ਚਾਹੂੰਗੀ ਕਿੰਨੀ ਇਨਕਮ ਸ਼ੋ ਕਰਨੀ ਪਏਗੀ ਜਾਂ ਪੂਰਾ ਓਵਰਾਲ ਅਗਰ ਆਪਾਂ ਗੱਲ ਕਰੀਏ ਤਾਂ ਕਿ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਕੋਈ ਵੀ ਸਟੂਡੈਂਟ ਹੋਵੇ ਉਹ ਪੂਰੀ ਤਰ੍ਹਾਂ ਨਾਲ ਡਿਸੀਜਨ ਲੈ ਸਕੇ ਅਪਲਾਈ ਕਰਨ ਬਾਰੇ ਹਰਚੋਤ ਦੇਖੋ ਨਰਸਿੰਗ ਜਿਹੜਾ ਮੈਡੀਕਲ ਵੱਲੇ ਸਟੂਡੈਂਟ ਦੀ ਫਰਸਟ ਪ੍ਰੈਫਰੈਂਸ ਹੁੰਦੀ ਹੈ ਨਰਸਿੰਗ ਜੀ ਉਹ ਇਸ ਕਰਕੇ ਕਿ ਇਹ ਦੇ ਵਿੱਚ ਸੈਟਲਮੈਂਟ ਬਹੁਤ ਜਲਦੀ ਹੁੰਦੀ ਹੈ ਤੇ ਹਰ ਬੱਚੇ ਦੇ ਦਿਮਾਗ 'ਚ ਹੈ ਕਿ ਮੇਰੀ ਸੈਟਲਮੈਂਟ ਹੋਏ ਜੀ ਜਦਕਿ ਹਰ ਪ੍ਰੋਗਰਾਮ ਦੀ ਸੈਟਲਮੈਂਟ ਹੈ ਕਿਸੇ 'ਚ ਥੋੜਾ ਸਮਾਂ ਕੱਟ ਲੱਗਦਾ ਕਿਸੇ 'ਚ ਕੱਟ ਲੱਗਦਾ ਜਾਂ ਵੱਧ ਲੱਗਦਾ ਲੇਕਿਨ ਨਰਸਿੰਗ ਦਾ ਇੱਕ ਜਿੰਨੂੰ ਕਹਿ ਲਓ ਕਿ ਬਹੁਤ ਕਾਮਨ ਹੋ ਗਿਆ ਇਸ ਕਰਕੇ ਇਹਨਾਂ ਨੂੰ ਪਤਾ ਹੈ ਹੁਣ ਨਰਸਿੰਗ ਦਾ ਜਿਹੜਾ ਮੇਜਰ ਇਨਟੇਕ ਹੈ ਆਸਟ੍ਰੇਲੀਆ ਦਾ ਉਹ ਜਨਵਰੀ ਦਾ ਹੈ ਓਕੇ ਠੀਕ ਹੈ ਉਹਨਾਂ ਦੇ ਵਿੱਚ ਜੇ ਤੁਸੀਂ ਜੁਲਾਈ 'ਚ ਜਾਓਗੇ ਨੇ ਆਪਸ਼ਨ ਨਹੀਂ ਮਿਲਣਗੇ ਜਿੰਨੇ ਜਨ ਦੇ ਮਿਲਣਗੇ ਆ ਉਹ ਨਰਸਿੰਗ ਦਾ ਵੀਜ਼ਾ ਵੀ ਸਭ ਤੋਂ ਜ਼ਿਆਦਾ ਆਂਦਾ ਕਿਉਂਕਿ ਆਲ ਓਵਰ ਵਰਲਡ ਜਿਹੜਾ ਮੈਡੀਕਲ ਸਟਾਫ ਜਿਹਦੇ ਵਿੱਚ ਕਹਿ ਦੋ ਸਪੈਸ਼ਲੀ ਨਰਸਿੰਗ ਜਾਂ ਨਰਸਿੰਗ ਕੈਂਡੀਡੇਟਸ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਸਭ ਤੋਂ ਜ਼ਿਆਦਾ ਜਿਹੜੇ ਕੋਰਸ ਆਪਸ਼ਨ ਹੈ ਰਜਿਸਟਰਡ ਨਰਸਿੰਗ ਦੇ ਉਹ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਜੈਨ ਇੰਟੇਜ ਚ ਹੀ ਮਿਲਣਗੇ ਹੁਣ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ ਜਿਹੜੀ ਐਡਮਿਸ਼ਨ ਦੀ ਸਭ ਤੋਂ ਪਹਿਲੇ ਤੁਸੀਂ ਮੈਡੀਕਲ ਬੈਕਗ੍ਰਾਉਂਡ ਦੇ ਸਟੂਡੈਂਟ ਹੋਣੇ ਚਾਹੀਦੇ ਆ ਆਸਟ੍ਰੇਲੀਆ ਦੇ ਵਿੱਚ ਮੈਥਸ ਦੀ ਕੋਈ ਕੰਪਲਸਰੀ ਰਿਕੁਆਇਰਮੈਂਟ ਨਹੀਂ ਹੈ ਕਿ ਮੈਥ ਦੇ ਬਿਨਾ ਨਰਸਿੰਗ ਚ ਨਹੀਂ ਹੋਏਗਾ ਤੁਸੀਂ ਜੋ ਸਬਜੈਕਟ ਇੰਡੀਆ ਚ ਪੜ ਰਹੇ ਹੋ ਬਾਇਓਲੋਜੀ ਕੈਮਿਸਟਰੀ ਜੋ ਵੀ ਤੁਹਾਡੇ ਕੋਲ ਹੈ ਤੇ ਉਹਦੇ ਨਾਲ ਫਿਜ਼ਿਕਸ ਬਾਇਓਲੋਜੀ ਕੈਮਿਸਟਰੀ ਜੋ ਵੀ ਹੈ ਤੁਹਾਡਾ ਉਹਦੇ ਨਾਲ ਹੀ ਚੱਲੇਗਾ ਪਰਸੈਂਟੇਜ ਜ਼ਰੂਰ ਅਸੀਂ ਤੁਹਾਨੂੰ 65% ਮੰਗਦੇ ਆ ਮਿਨੀਮਮ ਔਰ ਸਬਜੈਕਟ ਵਾਈਜ਼ ਆਸਟ੍ਰੇਲੀਆ ਦੇ ਵਿੱਚ ਇਹ ਨਹੀਂ ਕਿ ਬਿਲਕੁਲ ਅਲੱਗ ਹੋਣਾ ਚਾਹੀਦਾ ਬਟ ਇਹ ਹੈ ਕਿ ਤੁਹਾਡੇ ਪਰਸੈਂਟੇਜ 65% ਮੈਕਸਿਮਮ ਯੂਨੀਵਰਸਿਟੀਆਂ ਤੁਹਾਡੇ ਤੋਂ ਮੰਗਣਗੀਆਂ ਕੁਝ ਯੂਨੀਵਰਸਿਟੀ ਹੋ ਸਕਦਾ 60% ਚ ਐਕਸੈਪਟ ਕਰ ਲੈਣ ਬਟ ਮੈਕਸਿਮਮ ਯੂਨੀਵਰਸਟੀਆਂ ਜਿਹੜੀ ਜ਼ਿਆਦਾਤਰ ਉਹ 65 ਔਰ ਜੇ ਤੁਸੀਂ ਜੀ 8 ਯੂਨੀਵਰਸਿਟੀ ਚ ਕਹੋਗੇ ਤਾਂ ਜੀ 8 ਵਾਲੇ ਤੁਹਾਡੇ ਤੋਂ 75 80% ਵੀ ਮੰਗਦੇ ਆ ਉਹਦੇ ਵਾਸਤੇ ਪਰਸੈਂਟੇਜ ਬਹੁਤ ਅੱਛੀ ਹੋਣੀ ਚਾਹੀਦੀ ਹੈ ਉਹਦੇ ਬਾਅਦ ਆ ਜਾਂਦਾ ਸਭ ਤੋਂ ਇੰਪੋਰਟੈਂਟ ਜੋ ਸਟੂਡੈਂਟਸ ਨੂੰ ਕਈਆਂ ਨੂੰ ਪ੍ਰੋਬਲਮ ਆਂਦੀ ਹੈ 7 ਬੈਂਡ ਈ ਚਾਈਲਡਸ ਤੇ ਹੁਣ ਉਹਦਾ ਵੀ ਇੱਕ ਤੋੜ ਹੈ ਤੁਹਾਡੇ ਬਾਈ ਚਾਂਸ ਆਰਕੀਟੈਕਚਰ 7 ਬੈਂਡ ਈਚ ਨਹੀਂ ਆਏ ਤੁਸੀਂ ਦੁਬਾਰਾ ਰਿਪੀਟ ਕਰ ਲਓ ਜਿਹੜੇ ਮੋਡੀਊਲ ਚ 7 ਨਹੀਂ ਆਏ ਉਸ ਮੋਡੀਊਲ ਦੇ ਵਿੱਚ ਅਗਲੀ ਵਾਰੀ 7 ਆ ਗਏ ਤਾਂ ਦੋਨੋਂ 6 ਮਹੀਨੇ ਦੇ ਅੰਦਰ ਕਲੱਬ ਹੋ ਜਾਂਦੇ ਆ ਔਰ ਉਹ ਐਕਸੈਪਟ ਹੋ ਜਾਂਦਾ ਉਹ ਚਾਹੇ ਪੀਟੀਓ ਹੋਏ ਚਾਹੇ ਆਇਲਟਸ ਹੋਏ ਚਾਹੇ ਟੋਫਲ ਹੋਏ ਉਹ ਸਾਰੇ ਟੈਸਟ ਐਕਸੈਪਟ ਹੁੰਦੇ ਆ ਬਟ ਇਕੁਐਲੈਂਸੀ 7 ਬੈਂਡ ਈਚ ਦੀ ਹੋਣੀ ਚਾਹੀਦੀ ਆ ਮੇਰੇ ਖਿਆਲ ਇਹ ਨਰਸਿੰਗ ਦੇ ਐਡਮਿਸ਼ਨ ਦਾ ਮੈਂ ਤੁਹਾਨੂੰ ਬਹੁਤ ਕਲੀਅਰ ਕਰਤਾ ਐ ਇੰਨਾ ਕਲੀਅਰ ਸ਼ਾਇਦ ਤੁਹਾਨੂੰ ਕੋਈ ਵੀ ਨਹੀਂ ਦੱਸਦਾ ਹੋਏਗਾ ਵੈਰੀ ਕਲੀਅਰ ਮੈਂ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਦੱਸੀ ਆ ਹੁਣ ਆਪਾਂ ਆ ਜਾਈਏ ਫਾਈਨੈਂਸ਼ੀਅਲ ਪਾਰਟ ਤੇ ਜੀ ਫਾਈਨੈਂਸ਼ੀਅਲ ਪਾਰਟ ਜਿਹੜਾ ਉਹ ਹਰ ਸਟੂਡੈਂਟ ਵੀਜ਼ਾ ਦਾ ਜਿੱਦਾਂ ਆਸਟ੍ਰੇਲੀਆ ਦਾ ਉਹੀ ਨਰਸਿੰਗ ਵਾਸਤੇ ਵੀ ਸੇਮ ਹੈ ਪੇਰੈਂਟਸ ਦੀ ਇਨਕਮ 12 ਤੋਂ 14 15 ਲੱਖ ਹੋਏ ਜਾਂ ਤੁਹਾਡਾ ਨਾਲ ਇੱਕ ਸਪான்ਸਰ ਐਡ ਹੋ ਸਕਦਾ ਹੈ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਕਪੈਸਟੀ ਹੈ ਜਿਹੜਾ ਹੋਣ ਕਿਉਂਕਿ 29700 ਲਿਵਿੰਗ ਐਕਸਪੈਂਸਸ ਹੋ ਗਏ ਉਹਨੂੰ ਮਿਲਾ ਕੇ ਜਿਹੜੇ ਲਿਵਿੰਗ ਐਕਸਪੈਂਸਸ 35 ਲੱਖ ਤੋਂ ਉੱਪਰ ਆ ਰਹੇ ਆ ਉਹ ਤੁਸੀਂ ਐਜੂਕੇਸ਼ਨ ਲੋਨ ਵੀ ਲੈ ਸਕਦੇ ਹੋ ਕਿਉਂਕਿ ਜੇ ਇਨਕਮ ਇੰਨੀ ਹੈ ਤੇ ਐਜੂਕੇਸ਼ਨ ਲੋਨ ਅੱਜਕੱਲ ਬੈਂਕ ਬਹੁਤ ਇਜ਼ੀਲੀ ਦੇ ਰਹੇ ਆ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਇਹ ਤੁਹਾਡਾ ਇੱਕ ਕੰਪਲੀਟ ਪ੍ਰੋਸੈਸ ਨਰਸਿੰਗ ਦਾ ਜਨ ਇਨਟੇਕ ਵਾਸਤੇ ਬਣਾਉਂਦਾ ਹੈ ਔਰ ਜਿਹੜੇ ਵੀ ਸਟੂਡੈਂਟਸ ਇਹ ਵੀਡੀਓ ਦੇਖ ਰਹੇ ਆ ਉਹ ਇੱਕ ਦਿਨ ਦਾ ਵੀ ਸਮਾਂ ਕਈ ਵਾਰੀ ਵੇਸਟ ਕਰਦੇ ਆ ਕਿ ਦੋ ਦਿਨ ਅੱਧਾ ਕੰਮ ਆ ਚਾਰ ਦਿਨ ਉਧਰ ਕੰਮ ਆ ਇਨਟੇਕ ਖਰਾਬ ਹੋ ਜਾਂਦਾ ਨਰਸਿੰਗ ਤੇ ਯੂਨੀਵਰਸਿਟੀਆਂ ਅੱਧੀ ਤੋਂ ਜ਼ਿਆਦਾ ਜਨਵਰੀ ਵਾਸਤੇ ਜਿਹੜੀ ਸੀਟਾਂ ਖਤਮ ਐ ਔਰ ਜੇ ਕਿਸੇ ਦੀ ਬੱਚੀ ਹੁੰਦੀ ਆ ਉਹ ਤੁਹਾਡਾ ਵੇਟ ਨਹੀਂ ਕਰ ਰਹੀ ਹੁੰਦੀ ਆ ਆਲਓਵਰ ਵਰਲਡ ਤੋਂ ਬੱਚੇ ਆਉਂਦੇ ਆ ਐਪਲੀਕੇਸ਼ਨਾਂ ਆਉਂਦੀਆਂ ਤਾਂ ਤੁਹਾਡਾ ਇੱਕ ਦਿਨ ਦਾ ਵੀ ਡਿਲੇ ਜਿਹੜਾ ਮੇਰੇ ਖਿਆਲ ਤੋਂ ਤੁਹਾਡਾ ਇੱਕ ਸਾਲ ਖਰਾਬ ਹੁੰਦਾ ਹੈ ਜਾਂ ਜੁਲਾਈ ਚ ਤੁਸੀਂ ਕੰਪਰੋਮਾਈਜ਼ ਕਰੋਗੇ ਨਾਨ ਰਜਿਸਟਰਡ ਕੋਰਸ ਚ ਜਾਓਗੇ ਜਾਂ ਕੁਝ ਯੂਨੀਵਰਸਟੀਆਂ ਦਾ ਰਜਿਸਟ੍ਰੇਸ਼ਨ ਵਾਲਾ ਹੋਏਗਾ ਔਰ ਜੇ ਗੈਪ ਹੋਇਆ ਉਹ ਐਕਸੈਪਟ ਨਹੀਂ ਹੁੰਦਾ ਤੇ ਇਹ ਇੱਕ ਸਭ ਤੋਂ ਬੜੀ ਸਮੱਸਿਆ ਹੁੰਦੀ ਹੈ ਜਿੰਨ ਨੂੰ ਤੁਹਾਨੂੰ ਬਹੁਤ ਧਿਆਨ ਨਾਲ ਜੇ ਵੀਡੀਓ ਦੇਖ ਰਹੇ ਹੋ ਤੇ ਉਸੇ ਇੰਪਲੀਮੈਂਟ ਕਰਨਾ ਵੀ ਉਨਾ ਹੀ ਜ਼ਿਆਦਾ ਜ਼ਰੂਰੀ ਹੈ जी बिल्कुल सो चाहे कि जनवरी इनटेक दे लिए पर हने तो ही जिमें मैम ने कहा कि अभी तो ज़्यादा तो सीटा फुल भी हो चुकिया ने सो तीस जरूर देरी बिल्कुल भी नहीं करनी है इतने ये तो समझ गए, गए होने मैम ने जिनी इन्फोरमेस इस वीडियो के जरिए थोड़े तो नाझी की है सो जिने भी स्टूडेंट ने जिन्होंने नर्सिंग दिव्लाई करना है तो जरूर टाइमली सही डिसीजन ले लो कोई डाउट है जरूर नंबर इसलिए असं हमेशा डिस्प्ले किया होंगे वीडियो के दौरान भी कि इस नंबर में नोट करके रख लो इस उपर कॉल करो पूरी जानकारी लो टाइमली तो अपलाई जरूर कर सको बहुत ਚੰਗਾ ਹੋਏਗਾ ਜੇਕਰ ਤੁਸੀਂ ਨੈਵੀਗੇਟਰਸ ওভারਸੀਜ਼ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰਦੇ ਹੋ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਔਰ ਨਾਲ ਦੇ ਨਾਲ ਤੁਸੀਂ ਆਪਣੀ ਸਾਰੀ ਚੀਜ਼ਾਂ ਨੂੰ ਸਮਝਦੇ ਹੋਏ ਅਪਲਾਈ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਅੱਜ ਮੈਡੀਕਲ ਪ੍ਰੋਫਾਈਲ ਵਾਲੇ ਨਰਸਿੰਗ ਚ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਇਸ ਵੀਡੀਓ ਜ਼ਰੀਏ ਦਿੱਤੀ ਹੈ ਅੱਗੋ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ